ਹਾਂਜੀ ਸਤਿ ਸ਼੍ਰੀ ਅਕਾਲ ਜੀ। ਨੈਕਸਟ ਆਪਣੇ ਕੋਲ ਹੈਗਾ ਜੀ ਮਨਪ੍ਰੀਤ ਸਿੰਘ ਬਲ ਦਾ ਭਾਸ਼ਣ ਬਜਟ ਦਾ 2017-18 ਵਿੱਚ ਜਿਹੜਾ ਬਜਟ ਉਹਨਾਂ ਨੇ ਪੇਸ਼ ਕੀਤਾ ਸੀ ਉਹਦਾ ਉਹ ਲਿਖਦੇ ਆਪਾਂ, ਠੀਕ ਹੈ। 17 ਪਾਰਟ ਪਹਿਲਾਂ ਇਹਦੇ ਆਪਾਂ ਅਪਲੋਡ ਕਰ ਚੁੱਕੇ ਹਾਂ ਯੂਟਿਊਬ 'ਤੇ, ਤੁਸੀਂ ਉਹ ਬਾਕੀ ਲਿਖ ਲੈਣੇ ਆ। ਇਹਦੀਆਂ ਪਿਕਸ ਜਿਹੜੀਆਂ ਹੈਗੀਆਂ ਇਸ ਜਿਹੜੀ ਹਾਰਡ ਕਾਪੀ ਹੈਗੀ ਇਹਦੀਆਂ ਪਿਕਸ ਤੁਹਾਨੂੰ ਮੈਂ ਸੈਂਡ ਕਰ ਦੂੰਗਾ ਆਪਣੇ ਵਟਸਐਪ ਗਰੁੱਪ ਨਾਲ, ਤੁਸੀਂ ਐਡ ਹੋਈ ਚੱਲੋ ਨਾਲ ਨਾਲ, ਠੀਕ ਹੈ। ਜਿਹੜੇ ਨਹੀਂ ਐਡ ਹੈਗੇ ਐਡ ਹੋ ਜਾਓ, ਕਾਫੀ ਸਟੂਡੈਂਟ ਦੇ ਵਿੱਚ ਹੈਗੇ 500 ਦੇ ਕਰੀਬ ਸਟੂਡੈਂਟ ਹੈਗੇ ਜਿਹੜੇ ਉਸ ਗਰੁੱਪ ਵਿੱਚ ਐਡ ਹੈਗੇ ਆ। ਅਤੇ ਉੱਥੇ ਜਿਹੜੀ ਵਰਡਿੰਗ ਹੈਗੀ ਕੁਛ ਉਹ ਤੁਹਾਨੂੰ ਪ੍ਰੋਬਲਮ ਆਏਗੀ ਉਹ ਤੁਹਾਨੂੰ ਉੱਥੇ ਸੈਂਡ ਕਰਾਂਗੇ। ਜਿਹੜੀ ਆਊਟਲਾਈਨ ਵਗੈਰਾ ਦੀ ਪ੍ਰੋਬਲਮ ਆ ਰਹੀ ਹੈ ਉਹ ਵੀ ਤੁਹਾਨੂੰ ਉੱਥੇ ਸੈਂਡ ਕਰਾਂਗੇ, ਡਿਕਟੇਸ਼ਨ ਤੁਸੀਂ ਲਿਖੇ ਰਹੇ ਹੋ, ਠੀਕ ਹੈ। ਨਾਲ ਮੈਂ ਰਿਕਾਰਡ ਕਰ ਰਿਹਾ ਆਡੀਓ, ਇਹ ਆਡੀਓ ਵੀ ਤੁਹਾਨੂੰ ਉੱਥੇ ਸੈਂਡ ਕਰਾਂਗੇ। ਜੇ ਵੀਡੀਓ ਇੱਥੋਂ ਕਰਨੀ ਹੈ ਇੱਥੇ ਵੀ ਆਡੀਓ ਸਮਝ ਲੱਗ ਰਹੀ ਤਾਂ ਠੀਕ ਆ, ਨਹੀਂ ਤਾਂ ਆਡੀਓ ਤੁਹਾਨੂੰ ਇਹ ਤੁਹਾਨੂੰ ਵਟਸਐਪ ਗਰੁੱਪ ਤੁਹਾਡੇ ਮੈਸੇਜ 'ਤੇ ਤੁਹਾਨੂੰ ਮਿਲ ਜਾਏਗੀ, ਠੀਕ ਹੈ। ਇਸ ਵਟਸਐਪ ਗਰੁੱਪ ਇਸ ਨੰਬਰ 'ਤੇ ਮੈਸੇਜ ਕਰਕੇ ਤੁਸੀਂ ਮੈਨੂੰ ਐਡ ਕਰਨ ਲਈ ਵੀ ਕਹਿ ਸਕਦੇ ਹੋ, ਜਾਂ ਤੁਹਾਨੂੰ ਮੈਂ ਇਸ ਵੀਡੀਓ ਦੀ ਜਿਹੜੀ ਡਿਟੇਲ ਹੈਗੀ ਆ ਉਹਦੇ ਥੱਲੇ ਮੈਂ ਉਹ ਸੈਂਡ ਕੀਤਾ ਦਿੱਤਾ ਹੋਇਆ ਲਿੰਕ, ਉੱਥੋਂ ਤੁਸੀਂ ਖੁਦ ਆਪਣੇ ਆਪ ਹੀ ਐਡ ਹੋ ਸਕਦੇ ਹੋ, ਠੀਕ ਹੈ। ਲਿਖਦੇ ਨੈਕਸਟ ਜੀ। ਹਾਂਜੀ, ਮੈਂ ਇੱਕ ਨਵੀਂ ਸਕੀਮ ਦੀ ਤਜਵੀਜ਼ ਵੀ ਕਰ ਰਿਹਾ ਹਾਂ ਜੋ ਕਿ ਹਰ ਸਕੂਲ ਅਤੇ ਕਾਲਜ ਨੂੰ 1,00,000 ਰੁਪਏ ਮੁਹੱਈਆ ਕਰਵਾਏਗੀ, ਜਿਸ ਦੇ ਵਿਦਿਆਰਥੀ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਭਰਤੀ ਹੋਣ ਲਈ ਕੁਆਲੀਫਾਈ ਕਰਦੇ ਹਨ। ਡੰਡਿੰਗ ਇਹ ਸਕੀਮ ਸੈਨਿਕ ਸਕੂਲ ਕਪੂਰਥਲਾ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੋਪੇਟਰੀ ਇੰਸਟੀਚਿਊਟ 'ਤੇ ਵੀ ਲਾਗੂ ਹੋਵੇਗੀ। ਡੰਡਿੰਗ ਖੇਡਾਂ ਅਤੇ ਯੁਵਕ ਸੇਵਾਵਾਂ ਖੇਡ ਯੂਨੀਵਰਸਿਟੀ ਪੰਜਾਬ ਭਾਰਤ ਦਾ ਮੁੱਖ ਖੇਡਾਂ ਵਾਲਾ ਸੂਬਾ ਰਿਹਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਰੀਰਕ ਗਤੀਵਿਧੀਆਂ ਅਤੇ ਖੇਡਾਂ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹਨ। ਡੰਡਿੰਗ ਇਹ ਸਿਹਤ ਸੁਵਿਧਾਵਾਂ ਨੂੰ ਸਮਾਜਿਕ ਜੁੱਟਤਾ, ਆਰਥਿਕ ਗਤੀਵਿਧੀਆਂ, ਸੱਭਿਆਚਾਰਕ ਅਮੀਰੀ ਅਤੇ ਜੀਵਨ ਦੇ ਉੱਤਮ ਵਨਗੀ ਵਜੋਂ ਲਿਆ ਜਾਂਦਾ ਹੈ। ਡੰਡਿੰਗ ਇਸ ਲਈ ਅਸੀਂ ਰਾਜ ਵਿੱਚ ਖੇਡਾਂ ਦੇ ਵਿਕਾਸ ਲਈ ਹੇਠ ਲਿਖੇ ਕਦਮ ਚੁੱਕੇ ਜਾਣ ਦੀ ਤਜਵੀਜ਼ ਕਰਦੇ ਹਾਂ। ਡੰਡਿੰਗ ਖੇਡਾਂ ਦੀ ਤਰੱਕੀ ਲਈ ਪਟਿਆਲਾ ਵਿਖੇ ਯੂਨੀਵਰਸਿਟੀ ਦੀ ਸਥਾਪਨਾ, ਭਵਿੱਖ ਲਈ ਖੇਡ ਪ੍ਰਤਿਭਾ ਦੀ ਸ਼ਨਾਖਤ ਲਈ ਹਰ ਸਾਲ ਸਕੂਲਾਂ ਵਿੱਚ ਇੱਕ ਸਹਿਯੋਗੀ ਗਤੀਵਿਧੀ ਆਯੋਜਿਤ ਕੀਤੀ ਜਾਵੇਗੀ। ਡੰਡਿੰਗ ਲਾਭਪਾਤਰੀਆਂ ਨੂੰ ਸਾਲਾਨਾ ਤੌਰ 'ਤੇ ਖੇਡ ਸਨਮਾਨ ਅਤੇ ਪ੍ਰੋਤਸਾਹਨਾਂ ਦੀ ਵੰਡ ਕੀਤੀ ਜਾਵੇਗੀ। ਡੰਡਿੰਗ ਨੌਜਵਾਨਾਂ ਨੂੰ ਮੋਬਾਈਲ ਫੋਨ, ਡੰਡਿੰਗ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਪ੍ਰੋਤਸਾਹਨ ਦੇ ਨੇਤਾ ਪ੍ਰਤੀ ਦੇ ਜੀਵਨ ਵਿੱਚ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਲਈ ਸਰਕਾਰ ਨੌਜਵਾਨਾਂ ਨੂੰ ਮੁਫਤ ਸਮਾਰਟਫੋਨ ਦੇਵੇਗੀ। ਡੰਡਿੰਗ ਇਸ ਨਾਲ ਨੌਜਵਾਨ ਹੋਰਨਾਂ ਗੱਲਾਂ ਦੇ ਨਾਲ ਨਾਲ ਡਿਜੀਟਲ ਪੰਜਾਬ ਪਹਿਲਕਦਮੀ ਰਾਹੀਂ ਪੰਜਾਬ ਨੂੰ ਡਿਜੀਟਾਈਜ਼ ਕਰਨ ਦੇ ਯਤਨਾਂ ਵਿੱਚ ਭਾਈਵਾਲ ਅਤੇ ਲਾਭਪਾਤਰੀ ਹੋਵੇਗਾ। ਡੰਡਿੰਗ ਨੌਜਵਾਨਾਂ ਨੂੰ ਇਹ ਸਮਾਰਟਫੋਨ ਮੁਹੱਈਆ ਕਰਵਾਉਣ ਲਈ ਇਸ ਸਾਲ ਦੇ ਬਜਟ ਵਿੱਚ 10,00,000,000 ਰੁਪਏ ਦੇ ਰਾਖਵੇਂਕਰਨ ਦੀ ਤਜਵੀਜ਼ ਕੀਤੀ ਗਈ ਹੈ। ਡੰਡਿੰਗ ਸਾਡੀ ਸਰਕਾਰ ਨੇ ਰੁਜ਼ਗਾਰ ਸਿਰਜਣ, ਬੁਨਿਆਦੀ ਢਾਂਚਾ ਅਤੇ ਨੌਕਰੀਆਂ ਦੀ ਸਿਰਜਣਾ ਦੇ ਵਿਕਾਸ ਲਈ ਉੱਚ ਤਰਜੀਹ ਦਿੱਤੀ ਹੈ। ਡੰਡਿੰਗ ਸਾਲ 2017-18 ਲਈ ਸਾਲ 2016-17 ਦੇ 13.77 ਕਰੋੜ ਰੁਪਏ ਦੇ ਖਰਚ ਦੇ ਮੁਕਾਬਲੇ ਰੁਜ਼ਗਾਰ ਸਿਰਜਣ ਅਤੇ ਸਿਖਲਾਈ ਪ੍ਰੋਗਰਾਮ ਦੇ ਵਿਕਾਸ ਲਈ 91 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਹਨ। ਡੰਡਿੰਗ ਸਾਲਾਨਾ ਰੁਜ਼ਗਾਰ ਯੋਜਨਾ ਦੀ ਤਿਆਰੀ ਅਤੇ ਇਸ ਦੇ ਸਮਾਂਬੱਧ ਅਮਲ ਲਈ ਸਾਰੇ ਜ਼ਿਲ੍ਹਿਆਂ ਵਿੱਚ ਤਾਜ਼ਾ ਸਰਵੇਖਣ ਕਰਵਾਉਣ ਲਈ ਰੁਜ਼ਗਾਰ ਬਿਊਰੋ EB ਸਥਾਪਿਤ ਕੀਤੇ ਜਾਣਗੇ। ਡੰਡੀ ਹਾਂਜੀ, ਇਹ ਸੀ ਬਜਟ ਮਨਪ੍ਰੀਤ ਸਿੰਘ ਬਲ ਦਾ, ਠੀਕ ਹੈ ਜੀ। ਲਿਖੋ, ਲਿਖਿਆ ਗਿਆ ਹੀ ਹੋਣਾ, ਜੇ ਨਹੀਂ ਲਿਖਿਆ ਗਿਆ ਤਾਂ ਇਹ ਡਿਕਟੇਸ਼ਨ ਤੁਸੀਂ ਦੁਬਾਰਾ ਲਿਖ ਸਕਦੇ ਹੋ। ਇਹਦੀ ਆਊਟਲਾਈਨ ਤੁਹਾਨੂੰ ਮੈਂ ਸੈਂਡ ਕਰ ਦੂੰਗਾ, ਇਹਦੀ ਵਰਡਿੰਗ ਤੁਸੀਂ ਇਸ ਇਹਦਾ ਪੇਜ ਸੈਂਡ ਕਰਾਂਗੇ ਵਟਸਐਪ ਗਰੁੱਪ 'ਤੇ, ਉੱਥੇ ਦੀ ਪ੍ਰੈਕਟਿਸ ਕਰਕੇ ਦੁਬਾਰਾ ਇਸ ਡਿਕਟੇਸ਼ਨ ਨੂੰ ਲਿਖ ਕੇ ਵੇਖਣਾ, ਠੀਕ ਹੈ ਜੀ। ਥੈਂਕ ਯੂ ਜੀ।